काजल कहाँ हो तुम? कितने हो गई? ਬਾਬਾ ਯਾਰ ਤੇ ਫੋਟੋਆਂ ਖਿੱਚੀਆਂ, ਫੋਟੋਆਂ ਇੰਨੀਆਂ ਘੈਂਟ ਆਈਆਂ। ਸੇ ਵਾਲਾ ਨਾਮ ਤੇਰਾ ਉੱਤੇ ਲਿਖਿਆ। ਕੱਪੜੇ ਤੁਹਾਡੇ ਕੋਲ ਕੱਪੜੇ ਆਹੀ ਸੀਗੇ, ਇੱਥੇ ਆਹੀ ਸੀ, ਹੁਣ ਕੱਪੜੇ ਬਥੇਰੇ। ਹਾਂਜੀ, ਤੇ ਕਿਉਂਕਿ ਅਸੀਂ ਬੈਗ ਉੱਪਰ ਛੋਟਾ ਲਏ ਸੀਗੇ ਤੇ ਇੱਕ ਦਿਨ ਵੱਧ ਲੱਗ ਗਿਆ, ਤਾਂ ਕੱਪੜੇ ਫੇਰ ਗਿਆਰਾਂ ਨੇ ਉਹੀ ਪਾ ਲਏ। ਤੇ ਬਾਕੀ ਅੱਖਾਂ ਚੈੱਕ ਕਰੋ, ਅੱਖਾਂ 'ਚ ਪੂਰਾ ਜਖਾਮ ਦਿਸ ਰਿਹਾ। ਨਹਾ ਧੋ ਕੇ ਰੈਡੀ ਹੋ ਗਏ, ਹੁਣ ਚੱਲਦੇ ਆਪਾਂ ਭੈਰੂਣਾ ਟੈਂਪਲ। ਬਾਕੀ ਦਵਾਈ ਲੈਣੀ ਸੀਗੀ, ਸੋਚਿਆ ਸੀਗਾ ਵੀ ਚਾਹ ਪੀ ਕੇ ਦਵਾਈ ਲੈ ਲਈਏ, ਜਿਹੜੀ ਚਾਹ ਸਵਾਦ ਲੱਗਦੀ ਹੈ। ਉੱਥੇ ਰਸ਼ ਇੰਨਾ ਜ਼ਿਆਦਾ ਹੈ, ਬਾ ਇੱਥੋਂ ਜੇ ਸ਼ੁਰੂ ਹੋ ਜਾਂਦਾ ਰਸ਼, ਬਾਅਦ ਅੱਗੇ ਜਾ ਕੇ ਆ। ਤੇ ਚੱਲਦੇ ਆ ਹੁਣ, ਚਾਹ ਚੂਹ ਦੇਖਾਂਗੇ ਬਾਅਦ 'ਚ। ਇੱਕ ਇੱਥੇ ਜਾਣਾ ਹੁਣ ਰੋਪਵੇ ਤੇ ਉੱਤੇ, ਆਹ ਤਾਰਾਂ ਜੀਆਂ ਹੈਗੀਆਂ ਜਿਹੜੀਆਂ, ਇੱਥੋਂ ਉੱਤੇ ਜਾਣਾ, ਉਹਦੀ ਟਿਕਟ ਲੈਂਦੇ ਜਾ ਕੇ ਹੁਣ। ਹਾਂਜੀ, ਅਤੇ ਬਸ ਇੱਥੇ ਇੰਸਟਾ ਦੀ ਆਈਡੀ ਆ ਰਹੀ ਹੈ, ਸਨੈਪਚੈਟ 'ਤੇ ਜਾ ਕੇ ਐਡ ਕਰ ਲਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਸ਼ੇਅਰ ਵੀ ਕਰ ਦਿਓ। ਲਓ ਜੀ, ਬਹੁਤ ਵੱਡਾ ਕੱਚਾ ਵੱਜ ਚੁੱਕਿਆ ਇਹ ਕੱਚਾ ਮਰਾਤਾ ਬਾਈ। ਅਸੀਂ ਇੰਨੀ ਦੇਰ ਲਾਈਨ 'ਚ ਲੱਗੇ ਰਹੇ, ਬਾਅਦ 'ਚ ਪਤਾ ਲੱਗਿਆ ਵੀ ਟਿਕਟ ਤਾਂ ਕਿਤੋਂ ਹੋਰ ਲੈਣੀ ਸੀ, ਅੱਗੇ 'ਚ ਰਹਿ ਗਈਆਂ ਵੀ, ਫਿਰ ਪਲੈਨ ਕੈਂਸਲ। ਹੁਣ ਪੈਦਲ ਹੀ ਜਾਵਾਂਗੇ, ਇੱਡੀ ਦੂਰ ਨਹੀਂ ਸਰ, ਇੰਨੀ ਦੇਰ ਲਾਈਨਾਂ 'ਚ ਨਹੀਂ ਲੱਗਿਆ ਜਾਂਦਾ, ਲਾਈਨਾਂ ਪਿੱਛੇ ਰਸ਼ ਬਹੁਤ ਹੋ ਗਿਆ। ਇੰਨਾ ਕਿ ਮਨਹੂਸ ਹੁੰਦੇ ਆ ਨਾ ਜਿਹੜੇ ਨਾਲ, ਇਹ ਨਹੀਂ ਜਾਣਦੇ ਵੱਡਾ ਭਰਾ ਹੈ ਪਰ ਮਨਹੂਸ ਹੋ ਗਿਆ। ਚਲੋ ਜੀ, ਚਾਹ ਪੀਏ, ਅੱਖਾਂ ਜੈਣ ਕਰੀਏ ਥੋੜ੍ਹੀਆਂ ਜੀ। ਹਾਂਜੀ, ਟਾਈਮ ਹੋ ਗਿਆ ਦੇਖੋ, ਬੰਦਾ ਦੇਖੋ ਕਿੱਥੇ ਚੜ੍ਹ ਕੇ ਚਾਹ ਜੀ ਲਾ ਰਿਹਾ ਹੈ, ਇਹਨਾਂ ਵੀ ਇਹਨਾਂ ਚਾਹ ਦੇ ਡੇਗਿਆ ਜਾਂਦੇ ਜੀ। ਚੌਂਪਰ ਸਮੋਸੇ ਚੱਕ ਕੇ ਖਾ ਗਿਆ ਉਹਨਾਂ ਦੇ, ਉਹ ਬਾਂਦਰ ਸਮੋਸੇ ਚੱਕ ਕੇ ਖਾ ਗਿਆ। ਤੇ ਬਾਬੇ, ਇਹ ਤੋਂ ਬਾਅਦ ਅਸੀਂ ਟਰੈਕਿੰਗ ਕਰਨ ਲੱਗ ਗਏ, ਤੇ ਹੁਣ ਚੜ੍ਹਾਈ ਜਮਾਂ ਹੀ ਸਿੱਧੀ, ਸਿੱਧੀ ਬਾਅਦ 350 ਪੌੜੀ, ਇਸ ਤੋਂ ਬਾਅਦ 150 ਪੌੜੀ, ਇਸ ਤੋਂ ਬਾਅਦ ਫਿਰ ਪੌੜੀਆਂ। ਇੱਕ 10 ਕਿਲੋ ਦਾ ਬੈਗ, ਥੱਕ ਗਏ, ਆਹ ਬਾਹਲੀ ਔਖੀ ਲੱਗੀ। ਅੱਗੇ ਜਾ ਕੇ ਸ਼ੁਰੂ ਕਰ ਦੋ, ਬੋਲਿਆ ਵੀ ਨਹੀਂ ਜਾਂਦਾ। ਹਾਂਜੀ, ਪਹੁੰਚਣ ਵਾਲੇ ਆ, ਬਸ ਆਹੀ ਹੌਸਲੇ ਨਾਲ ਸ਼ੁਰੂ ਤੋਂ ਐਂਡ ਤੱਕ ਪਹੁੰਚਣ ਵਾਲੇ ਆ। ਤੇ ਆਹ ਕੇਬਲ ਕਾਰ ਤੇ ਆਉਣਾ ਸੀ, ਜੇ ਉਹ ਹੁਣ ਨਾ ਹੁੰਦੀ ਕੇਬਲ ਕਾਰ ਹੀ ਕਹਿ ਸਕਦੇ ਹਾਂ, ਜੇ ਟਿਕਟਾਂ ਬੁੱਕ ਹੋ ਜਾਂਦੀਆਂ ਤਾਂ ਇੱਧਰੋਂ ਹੀ ਆਉਣਾ ਸੀ ਅਸੀਂ। ਚਲੋ, ਜੋ ਲਿਖਿਆ ਕਰਮਾ 'ਚ ਹੋ ਜੂਗਾ ਨਾ, ਹੋ ਹੀ ਜਾਣਾ। ਚਲੋ, ਬਾਕੀ ਸ਼ਰਟ ਤਾਰਤੀ, ਗਰਮੀ ਬਹੁਤ ਲੱਗ ਰਹੀ ਸੀ, ਤੂੰ ਵੀ ਤਾਰ ਦੇ। ਹੋਰ ਚਲੋ ਜੀ, ਚੱਲਦੇ ਹਾਂ, ਚੱਲੀ ਗਏ ਇਹਦੇ ਤੇ ਆਉਣਾ ਸੀ ਅਸੀਂ। ਚੱਲੀ ਇਕੱਲੀ ਇਕੱਲੀ
ਦੇਖਦੇ ਆ ਜੇ ਵਾਪਸ ਆਉਂਦੇ ਦੀ ਟਿਕਟ ਮਿਲ ਗਈ ਆਪਾਂ ਫਿਰ ਇੱਧਰ ਹੀ ਆਵਾਂਗੇ। ਹਾਂਜੀ ਚਲੋ ਜੀ ਚਲੀਏ, ਫਿਰ ਪੌੜੀਆਂ ਤੋਂ ਸ਼ੁਰੂ ਹੋ ਜਾਓ ਦੁਬਾਰਾ। ਗੋਡੇ ਰਹਿ ਗਏ ਬਾਈ ਅਸਤਾ, ਘਰੇ ਰੱਖਿਆ ਸੀ ਨਾ ਫਿਰ ਚੱਕ ਲਿਆਂਦਾ ਭੁੱਲ ਕੇ ਗਿਆ। ਦਾਦੇ ਲਿਆਉਂਦਾ ਪਿਆ, ਨਾਨੇ ਦੇ ਲਿਆਉਂਦਾ, ਨਾਨੇ ਦੇ ਕਹਿੰਦਾ ਗੋਡੇ ਰਹਿ ਗਏ, ਮੈਂ ਕਿਹਾ ਦਾਦੇ ਦੇ ਲਿਆਣੇ, ਨਾਨੇ ਦੇ। ਬਣਾ ਰਹੇ ਆ ਵਲੌਗ, ਤੂੰ ਆਣਾ ਵਲੌਗ ਬਣਾਈ ਜਾਂਦੇ ਹੋ, ਮੂੰਹ ਨਹੀਂ ਵੇਖਦੀ ਆਉਂਦਾ। ਹਾਂਜੀ ਪਹੁੰਚ ਗਏ ਬਾਪਿਓ, ਤੇ ਬਾਈ ਆਪਦੀ ਬੈਲਟ ਲਗਾਈ ਮਾੜੀ ਜੀ ਯਾਰ, ਜਦੋਂ ਲੋ ਬਜਟ ਬੈਲਟ ਨਾ ਹੋਵੇ ਪਜਾਮੇ ਦਾ ਨਾਲਾ ਕੱਢ ਕੇ ਇੱਕ ਬੰਨ ਲਾ ਕਰੋ। ਮੇਰੇ ਨੇ ਮੈਂ ਭੁੱਲ ਗਿਆ ਇਹ ਵੀ ਕਰ ਸਕਦਾ ਸੀ, ਪਰ ਮੈਂ ਨਹੀਂ ਕੀਤਾ, ਮੈਂ ਆਪਦੀ ਬੈਲਟ ਲਿਆਉਣੀ ਭੁੱਲ ਗਿਆ ਸੀ। ਬਾਕੀ ਹੁਣ ਪ੍ਰਸ਼ਾਦ ਲੈਂਦੇ ਹਾਂ ਅਤੇ ਕੁਛ ਖਾਣ ਪੀਣ ਨੂੰ ਲੈਂਦੇ ਹਾਂ, ਥੋੜ੍ਹਾ ਭੁੱਖ ਲੱਗੀ ਹੈ। ਕੋਈ ਕਹਿ ਨਹੀਂ ਰੱਖਦੇ ਯਾਰ, 70 ਦਾ ਕਹਿਣ ਲੈਂਦੇ, 40 ਦਾ ਅੱਗੇ ਦੇਖ ਲੈਂਦੇ ਹਾਂ, ਨਹੀਂ ਤਾਂ ਹੈਲ ਪੀ ਲਾਂਗੇ ਸਸਤੇ ਨਸ਼ੀ। ਹਾਂ ਹਾਂਜੀ ਮਿੱਤਰੋ ਫਾਈਨਲੀ ਪਹੁੰਚ ਚੁੱਕੇ ਹਾਂ, ਅਤੇ ਵਿਊ ਚੈੱਕ ਕਰੋ ਬਾਬੇ, ਮਾਹੌਲ ਇੱਕ ਨੰਬਰ ਚ ਪੂਰਾ। ਬਾਕੀ ਇੱਥੇ ਹੈਲੀਕਾਪਟਰ ਲੈਣ ਆਇਆ ਸੀ ਭਰਾਵਾ, ਹੈਲੀਕਾਪਟਰ ਉੱਥੇ ਹੈਗੀ, ਹੈਲੀਕਾਪਟਰ ਵਾਲੀ ਤੈਨੂੰ ਭੈਣ ਸਾਈਕਲ ਤੇ ਨਾ ਲੈਣ ਕੇ ਆਣ। ਕਿੱਧਰ ਗਿਆ ਉਹ ਹੈਲੀਪੈਡ? ਉਹ ਸੀਗਾ ਇੱਥੇ ਹੈਲੀਪੈਡ, ਸੇ ਵਿਊ, ਉਹ ਵਿਊ ਦੇਖ ਕੇ ਚੱਕਰ ਆ ਰਿਹਾ, ਚੱਕਰ ਸੌਣ ਲੱਗੇ ਇੱਥੇ, ਕਰਕੇ ਤਾਂ ਬੜਾ ਹੁੰਦਾ ਨਾ, ਮੈਂ ਇੱਥੇ ਵੀ ਕੜੀ। ਓਏ ਬਾਕੀ ਕਿੱਥੇ ਆ, ਗੇਟ ਛਿੜੇ ਕਿਤੇ, ਉਹ ਖੜੇ ਮਾਰ ਰਹੇ ਨੇ ਕਿਤੇ ਕਿਤੇ ਆ ਸੀ। ਲਓ ਜੀ ਕੈਮਰਾਮੈਨ ਡਿਊਟੀ ਤੇ ਆ ਗਏ, ਇਹ ਜੀ ਫੋਟੋ ਖਿੱਚੀ ਬਈ, ਫੈਨ ਕਰਤੇ ਸਾਰੇ ਬਾਈ ਨੇ, ਕਰਤੀ ਵੀ ਕੈਂਟਾ ਫੋਟੋ ਲੈ ਯਾਰ, ਖਿੱਚੋ ਯਾਰ ਜਿੰਨੀ ਮਰਜ਼ੀ ਖਿੱਚੋ ਫੋਟੋ, ਜਿਤਨੀ ਮਰਜ਼ੀ ਖਿਚਾਓ। ਫਿਰ ਫੋਟੋ ਵੀ ਉਹਦੇ ਉਹਦੇ ਬਾਕੀ ਵੀ ਆਉਂਦੇ ਵੀ ਨਹੀਂ ਖਿੱਚਦੇ ਯਾਰ ਫੋਟੋ ਯਾਰ, ਬਾਬਾ ਯਾਰ ਇੱਥੇ ਫੋਟੋਆਂ ਖਿੱਚੀਆਂ, ਫੋਟੋਆਂ ਇੰਨੀਆਂ ਘੈਂਟ ਆਈਆਂ ਬਾਬੇ, ਵੈਸੇ ਨਾ ਗੱਲਾਂ ਗੱਲ ਤਾਂ ਸਲਾਹ ਫੜੋ ਜਾ ਕੇ ਪਾਸੇ ਹੋ ਜਾਂਦਾ। ਸਭ ਤੋਂ ਜ਼ਿਆਦਾ ਇੱਕ ਮਿੰਟ ਸਕਰੀਨਸ਼ਾਟ ਫੋਟੋ ਖਿੱਚੂੰਗਾ ਪਾਊਂਗਾ ਇੱਥੇ, ਸਭ ਤੋਂ ਜ਼ਿਆਦਾ ਤੇਰੀਆਂ ਫੋਟੋਆਂ ਹੋਣੀਆਂ। ਆਏ ਖੜ ਗਿਆ ਸ਼ਾਹਰੁਖ ਖਾਨ ਆ ਤੂੰ? ਹਾਂ ਆਲਾ ਸ਼ਾਹਰੁਖ ਖਾਨ ਐਸਆਰ ਕੇ, ਤੇ ਬਾਬੇ ਬੜਾ ਘੈਂਟ ਯਾਰ, ਫੋਟੋ ਮੈਂ ਇੱਥੇ ਲਾਊਂਗਾ ਜ਼ਰੂਰ, ਬਾਕੀ ਇੱਕ ਵਾਰੀ ਚੈੱਕ ਕਰੂੰ। ਮਾਹੌਲ ਪੂਰਾ ਸਰਾ ਕਜਲ ਬਾਈ ਖੁਸ਼ ਕਰਦੇ ਤੂੰ ਯਾਰ, ਤੇ ਫੋਟੋਆਂ ਫੋਟੋਆਂ ਖਿਚਾ ਲਈਆਂ, ਹੁਣ ਚੱਲੇ ਮੰਦਰ, ਮੰਦਰ 'ਚ ਵੀਡੀਓ ਅਲਾਊਡ ਨਹੀਂ ਤਾਂ ਇੱਥੇ ਫੋਨ ਬੰਦ ਕਰਦੇ ਹਾਂ, ਅਤੇ ਉਦੋਂ ਬਾਅਦ ਕੰਟੀਨਿਊ ਕਰਦੇ ਹਾਂ ਵਲੌਗ। ਬਾਏ ਬਾਏ ਕਰਦੇ ਫੈਨਸ ਨੂੰ ਆਪਦੇ, ਬਾਏ।
ਹੁਣੀ ਨਾ ਤੋਂ ਥੱਲੇ ਆ ਗਏ ਸੀ ਵੈਸ਼ਨੋ ਦੇਵੀ, ਜਿਵੇਂ ਕਿ ਤੁਹਾਨੂੰ ਦਿਖਾਤਾ ਸੀ ਉੱਥੇ ਆ ਕੀ ਸਟੇਜ ਬ੍ਰੋ ਬਦਲੀ ਐਸੇ ਹੋਏ ਦਾ ਕੱਟਾ ਤੂੰ ਪੈਰ ਤੇ ਨਹੀਂ ਉਹ ਉੱਪਰ ਥੱਲੇ ਕੇਵਲਕਾਰ ਕਹਿ ਲਓ ਤੇ ਹੁਣ ਵੈਸ਼ਨੋ ਦੇਵੀ ਵੀ ਚੱਲੇ ਥੱਲੇ ਕਟਰਾ ਨਹੀਂ ਰੋ ਰੂ ਕਹਿੰਦੇ ਸੀ ਉਹਦੀ ਹਾਂ ਉਹੀ ਰੋ ਸਲਾਈਡ ਪਤਾ ਨਹੀਂ ਕੀ ਸੀ ਯਾਰ ਜੋ ਵੀ ਸੀਗਾ ਠੀਕ ਹੈ ਜਗਾੜ ਲਾ ਕੇ ਆਇਆ ਸੀ ਬਸ ਯਾਰ ਪੰਜਾਬੀ ਤੇ ਬਸ ਹੁਣ ਥੱਲੇ ਚੱਲੇ ਕਟਰਾ ਬਿਨਾਂ ਰੁਕੇ ਜਾਵਾਂਗੇ ਜੇ ਹੁਣ ਬਸ ਵਲੌਗ ਬਾਅਦ 'ਚ ਹੀ ਬਣਾਵਾਂਗੇ ਥੱਲੇ ਜਾ ਕੇ ਥਕਾਨ ਹੋ ਗਈ ਪੂਰੀ ਅਤੇ ਬੈਟਰੀ ਵੀ ਹੈ ਨਹੀਂ ਫੋਨ ਦੀ ਇੰਨੀ ਜ਼ੁਕਾਮ ਜ਼ੁਕੂਮ ਲੱਗਿਆ ਹੋਇਆ ਪੂਰਾ ਬਿਨਾਂ ਰੋਕੇ ਜਾਵਾਂਗੇ ਹੁਣ ਹਾਂਜੀ ਬਸ ਥੱਲੋਂ ਕੁਛ ਖਾਵਾਂਗੇ ਡੋਸਾ ਪੁਆਇੰਟ ਆਊਗਾ ਉੱਥੋਂ ਕੁਛ ਖਾਵਾਂਗੇ ਸਵੇਰ ਦੇ ਭੁੱਖੇ ਹੈ ਚਲੋ ਫਿਰ ਬਾਅਦ 'ਚ ਕਰਦੇ ਕੰਟੀਨਿਊ ਅਤੇ ਸੱਚ ਇੱਕ ਗੱਲ ਸੱਚ ਹੋਰ ਜਿਵੇਂ ਹੁਣ ਅਸੀਂ ਪੁੱਠਾ ਕੈਮਰਾ ਕਰਕੇ ਵਲੌਗ ਬਣਾਈ ਜਾਂਦੇ ਹਾਂ ਹੈ ਨਾ ਅਤੇ ਲੋਕ ਮੁੜ ਮੁੜ ਦੇਖਦੇ ਆ ਵੀ ਇਹ ਕੀ ਕਰ ਰਹੇ ਆ ਹੈ ਨਾ ਅਤੇ ਆਈ ਇੱਕ ਗੱਲ ਹੋਈ ਵੀ ਅਸੀਂ ਇੱਥੇ ਜਦੋਂ ਰੋਲਾ ਜਿਹਾ ਪਾਇਆ ਸੀਗਾ ਸਟਾਰਟ ਕੀਤਾ ਸੀ ਵਲੌਗ ਵੀ ਉਹ ਕੀਤਾ ਸੀਗਾ ਅਤੇ ਜਦੋਂ ਬੰਦ ਕੀਤਾ ਪਿੱਛੇ ਕਰ ਰਿਹਾ ਲੋ ਭਈਆ ਤੇ ਜਦੋਂ ਬੰਦ ਕੀ ਕੀਤਾ ਉਦੋਂ ਅਸੀਂ ਇੱਕ ਬੰਦਾ ਆਇਆ ਬੰਦਾ ਸੀਗੇ ਜਨਾਨੀ ਕਪਲ ਜੀ ਸੀਗੇ ਬਾਬਾ ਦੋ ਤਿੰਨ ਜਣੇ ਸੀਗੇ ਕਹਿੰਦੇ ਭਾਈ ਕਿਆ ਕਰ ਰਹੇ ਹੋ ਮੈਂ ਕਿਹਾ ਹਮ ਯੂਟਿਊਬ ਤੇ ਵੀਡੀਓ ਬਣਾ ਰਹੇ ਭਾਈ ਤੇ ਕਹਿੰਦਾ ਕਿੰਨੇ ਸਬਸਕ੍ਰਾਈਬਰ ਮੈਂ ਕਿਹਾ 2.5 ਲੱਖ ਸਬਸਕ੍ਰਾਈਬਰ ਹੈ ਅੱਛਾ ਸੱਚ ਮੈਂ ਫੋਟੋ ਖਿਚਾਓ ਫਿਰ ਫੋਟੋ ਖਿਚਾ ਲਈ ਤੇ ਕਹਿੰਦਾ ਭਾਈ ਚੈਨਲ ਤੋਂ ਬਤਾ ਦਿਓ ਮੈਂ ਨਿਖਿਲ ਰੇਤੀ ਦੱਸਦਾ ਵੀ ਹਨਾ ਆਪਣੇ 1500 ਸਬਸਕ੍ਰਾਈਬਰ ਹੈ ਕਹਿੰਦੇ ਭਾਈ ਯਾਰ ਇਹ ਤਾਂ ਗਲਤ ਬਾਤ ਹੈ ਮੈਂ ਕਿਹਾ ਚੱਲ 2.5 ਲੱਖ ਵੀ ਹੋ ਜਾਣਗੇ ਗੱਲ ਹੈ ਚਲੋ ਚੱਲਦੇ ਹੁਣ ਮੈਂ ਕਿਹਾ ਚੱਲ ਮਾੜੀ ਜੀ ਗੱਲ ਦੱਸ ਦਈਏ ਵੀ ਹੋ ਗਿਆ ਓਏ ਆ ਲਾਈ ਲਾਈ ਹੋ ਗਿਆ ਲਾਈ ਪਰੇ ਹੋਇਆ ਓਏ ਕਿਤੇ ਕੀ ਹੋ ਗਿਆ ਇਹਦੇ ਬੀਸੀ ਹੋ ਗਈ ਕਿੱਥੋਂ ਸ਼ੁਰੂ ਹੋ ਗਈ ਹੁਣ ਕਿਵੇਂ ਤੋ ਉਹ ਮਾੜਾ ਇਹਨੂੰ ਅੱਗੇ ਲਾਈਓ ਇਹਨੂੰ ਗੱਲ ਘੋੜਾ ਦਾ ਕੰਮ ਹੀ ਹੈ ਨਾ ਚੱਲ ਕਿੱਥੇ ਹੋ ਗਈ ਚਿੱਤੜਾ ਜੀ ਕਿੱਥੇ ਹੋਈ ਹੈ ਚੌਂਸੜ ਦਾ ਹੀ ਪੜ ਲਾ ਦੀਏ
ਚੋਂ ਸਵੇਰ ਦੇ ਦੀ ਬੇਇੱਜ਼ਤੀ ਕਰੀ ਜਾਂਦੇ ਆ, ਗੱਲਾਂ ਗੱਲਾਂ 'ਚ ਫੁੰਸੀ ਫੋੜਦੀ ਇਹਦੀ ਪਹਿਲਾਂ ਤਾਂ ਲਓ ਜੀ ਮਸਾਜ ਕਰਾਉਂਦੇ ਕਰਾਉਂਦੇ ਮੀਂਹ ਸ਼ੁਰੂ ਤੇ ਵੇਟ ਕਰਨੀ ਪਊਗੀ ਲੱਗੇ ਯਾਰ। ਓਕੇ ਹੋਰ ਉਹਨੇ ਕੀ ਹੋ ਗਿਆ ਸੋਇਆ ਇੱਥੇ ਹੀ ਨਾ ਕਰਾਂ ਤਾਂ ਫਿਰ ਫਿਰ ਸਹੀ ਹੈ ਜਖਾਮ ਪੂਰਾ ਹੋਇਆ ਪਿਆ ਚਾਹੀ ਪਿਆ ਯਾਰ ਪੂਰਾ ਆ ਰਿਹਾ ਚਾਹ ਦਾ ਤੂੰ ਪੈਸੇ ਤੋਂ ਕੀ ਲੈਣਾ ਤੂੰ ਚਾਹ ਦੱਸ ਪੀਣੀ ਹੈ ਕਿ ਨਹੀਂ ਬਸ ਫਿਰ ਪੈਰ ਨੂੰ ਰੱਖੋ ਯਾਰ ਅਗਲੇ ਦੀ ਵੀ ਰੋਜ਼ੀ ਰੋਟੀ ਹੈ ਹੁਣ ਠੀਕ ਆ ਰਹੀ ਹੈ ਹੁਣ ਹਿੱਲੂਗਾ ਫੋਨ ਕਿਹਦੇ ਕਿਹਦੇ ਨਾਲ ਆਏ ਹੁੰਦੇ ਇੱਕ ਰੁਕ ਜਾਂਦੀ ਹੈ ਨੱਕ ਬੜਾ ਦੁਖਦਾ ਵੀ ਇੱਕ ਦਾ ਆਉਗੀ ਆਉਗੀ ਭਾਈ ਜੀ ਬੈਠੋ ਮਸਾਜ ਕਰ ਲੈ ਵੀ ਨੱਕ ਟੁੱਟਣਾ ਹੈ ਉਹ ਚੜ ਜੂ ਉੱਤੇ ਹਾਂ ਹੀ ਦੇ ਸਵਾਲ ਵੀ ਆ ਰਿਹਾ ਬੱਚ ਬੱਚ ਮਿਲਦੇ ਕਰ ਕਰ 15 ਮਿੰਟਾਂ ਬਾਅਦ ਸਿੱਕਾ ਹੀ ਹੋਰ ਹੋ ਗਿਆ ਜੀ ਕਸੀ ਬਾਈ ਦੀ ਜੋਰ ਦਿੰਦੀ ਚਲੋ ਜੀ ਫੋਨ ਵੀ ਚਾਰਜਰ ਵੀ ਲੈ ਗਏ ਲਓ ਜੀ ਇੱਥੋਂ ਯਾਤਰਾ ਸਟਾਰਟ ਕੀਤੀ ਸੀ ਇੱਥੇ
ਮਾਸਕ ਕੀਤੀ ਜਾ ਰਹੀ ਹੈ ਤੇ ਜਦੋਂ ਅਸੀਂ ਆਏ ਸੀ ਉਹਦੇ ਇੱਥੇ ਇੱਕ ਵੀ ਲੈਣ ਨਹੀਂ ਸੀਗੀ ਤੇ ਹੁਣ ਅਸੀਂ ਇੱਥੇ ਲੈਣ ਹੀ ਲੈਣ ਜਿੱਥੇ ਵੀ ਗਏ ਹੈ ਕਿਤੇ ਵੀ ਲੈਣ 'ਚ ਨਹੀਂ ਲੱਗੇ ਅਸੀਂ ਅਸੀਂ ਚਮਤਕਾਰ ਸਮਝੀ ਜਦੋਂ ਅਤੇ ਪੱਕ ਗਿਆ ਵਿਖਾਰ ਵਖੂਰ ਪੂਰਾ ਹੋ ਗਿਆ ਬਸ ਆ ਗਏ ਬਾਕੀ ਚੱਲਦੇ ਕੁਛ ਖਾਂਦੇ ਬਾਕੀ ਸਾਰੇ ਅੱਡ ਅੱਡ ਹੋ ਗਏ ਕਿਥਾਂ ਬੈਠੇ ਉਹਨਾਂ ਨੂੰ ਮਿਲਦੇ ਹੈ ਓਰੀਜਨਲ ਕਰਦੇ ਦਿਨ ਦੇਖਦੇ ਇੱਥੇ ਰਹਿਣਾ ਕਿ ਜੰਮੂ ਜਾਣਾ ਇੱਕ ਗੱਲ ਹੈ ਇੰਨੀ ਦੇਰ ਦੀ ਐਨਰਜੀ ਜੀ ਡਾਊਨ ਸੀਗੀ ਹੈ ਨਾ ਮੈਂ ਵਲੋਗ ਨਹੀਂ ਸੀ ਬਣਾ ਰਿਹਾ ਪਰ ਮਾੜਾ ਜਿਹਾ ਵਲੋਗ ਬਣਾਇਆ ਹੈ ਨਾ ਥੋੜ੍ਹੀ ਜਿਹੀ ਐਨਰਜੀ ਬੂਸਟ ਅੱਪ ਹੀ ਹੋ ਗਈ ਬਾਕੀ ਲੈਣ ਹਾਲੇ ਤੱਕ ਨਹੀਂ ਨਿਬੜੀ ਬਹੁਤ ਲੰਬੀ ਲਾਈਨ ਆ ਬਈ ਬਹੁਤ ਨਜਾਇਜ਼ ਪਹਿਲਾਂ ਹੀ ਡਰਾ ਦੋ ਲੈਣ ਹਾਲੇ ਤੱਕ ਨਹੀਂ ਨਿਬੜੀ ਮੈਂ ਉੱਥੇ ਪਹੁੰਚਣ ਵਾਲਾ ਹੋ ਗਿਆ ਜਿੱਥੋਂ ਅਸੀਂ ਯਾਤਰਾ ਅਤੇ ਫੋਟੋ ਫੋਟੋ ਖਿੱਚਿਆ ਸੀ ਮੈਂ ਇੱਥੇ ਲੋਕੇਸ਼ਨ ਪਾ ਦੂੰਗਾ ਅਤੇ ਉਹ ਦਿਖਾਊਂਗਾ ਬਹੁਤ ਦੂਰ ਸੀ ਬਾਕੀ ਇੱਥੇ ਨਾ ਮੈਂ ਸਾਡੇ ਪੂਰੇ ਦਿਨ ਦੇ ਟੋਟਲ ਸਟੈਪਸ ਪਾਊਂਗਾ ਸਕਰੀਨਸ਼ਾਟ ਖਿੱਚ ਕੇ ਦੇਖ ਲੈ ਇੱਕ ਵਾਰੀ ਹਾਲੇ ਤੱਕ ਰਸਤੇ ਜਿਹਾ ਬਸ ਥੋੜ੍ਹਾ ਜਿਹਾ ਰਹਿ ਗਿਆ ਥੋੜ੍ਹਾ ਥੋੜ੍ਹਾ ਕਰਕੇ ਇੰਨੀ ਦੂਰ ਆ ਗਈ ਇੱਥੇ ਸਟੈਪਸ ਪਾਊਂਗਾ ਤੁਸੀਂ ਦੇਖ ਲਿਓ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨੇ ਸਟੈਪਸ ਹੁੰਦੇ ਤੁਸੀਂ ਇੱਧਰੋਂ ਹੈ ਸਹੀ ਗੱਲ ਹਾਏ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਗੇਨ ਅਤੇ ਅੱਜ ਦਾ ਦਿਨ ਸ਼ੁਰੂ ਕਰ ਰਹੇ ਹਾਂ ਆਪਾਂ ਕਟੜਾ 'ਚੋਂ 12 ਵੱਜ ਗਏ ਨਹਾ ਧੋ ਕੇ ਚੱਲੇ ਦੁਬਾਰਾ ਜੰਮੂ